ਤੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਤੇ ਸਵੇਰ ਦਾ ਸਮਾਂ ਜੀ 6:15 ਹੋ ਗਏ ਨੇ ਤੇ ਸਾਰਿਆਂ ਦਾ ਆਪਾਂ ਵੀਡੀਓ ਵਿੱਚ ਸਵਾਗਤ ਕਰਦੇ ਹਾਂ। ਤੇ ਸਵੇਰ ਦਾ ਸਮਾਂ ਜੀ ਤੇ ਆਪਣਾ ਕੱਲ ਸ਼ਾਮੀ ਨੁਕਸਾਨ ਹੋ ਗਿਆ ਸੀਗਾ ਇੱਕ, ਮਤਲਬ ਝਾੜੀਆਂ ਬਹੁਤ ਜ਼ਿਆਦਾ ਸੀਗੀਆਂ, ਝਾੜੀਆਂ ਦੇ ਵਿੱਚ ਮਤਲਬ ਫਸ ਕੇ ਸ਼ੀਸ਼ੇ ਵਾਲਾ ਸਿਸਟਮ ਸਾਰਾ ਟੁੱਟ ਗਿਆ ਸੀਗਾ। ਹੁਣ ਦਿਖਾ ਦਿੰਦੇ ਫਿਲਟਰ ਕੋਲੇ, ਆਹ ਦੇਖੋ ਜੀ ਆਹ ਤਾਂ ਹੁਣ ਆਪਾਂ ਉਹ ਖੋਲ੍ਹ ਕੇ ਰੱਖਤਾ ਸੀਗਾ ਅਤੇ ਜਿਹੜਾ ਇੱਕ ਸੀਗਾ ਇੱਕ ਜੜੋਂ ਉੱਖੜ ਗਿਆ। ਇਹ ਬੈਡਿੰਗ ਹੋਣੇ ਵਾਲਾ ਜੀ, ਇੰਨਾ ਸਿਸਟਮ ਬੈਡਿੰਗ ਉੱਖੜ ਗਈ ਸੀ ਅਤੇ ਨਾਲੇ ਹਿੱਸੇ ਦਾ ਜਿਹੜਾ ਨਾਲ ਦਾ ਸਿਸਟਮ ਸੀਗਾ ਜੜੋਂ ਹੀ ਪੱਟਿਆ ਗਿਆ ਅਤੇ ਆਪਾਂ ਕੱਪੜਾ ਬੰਨ੍ਹ ਕੇ ਕੰਮ ਚਲਾ ਲਿਆ ਸੀਗਾ ਅਤੇ ਹੁਣ ਇਹਨੂੰ ਕਰਾਂਗੇ ਆਪਾਂ ਬੈਡਿੰਗ। ਬਾਕੀ ਆਹ ਹਾਲ ਹੈ ਜੀ ਇੰਜਣ ਦਾ, ਬਾਕੀ ਸਾਰਾ ਕੁਝ ਠੀਕ ਆ ਕਿਉਂਕਿ ਗੁਜਰਾਤ ਵਿੱਚ ਝਾੜੀਆਂ ਬਹੁਤ ਜ਼ਿਆਦਾ ਨੇ ਅਤੇ ਅੱਜ ਹੁਣ ਆਪਾਂ ਮਸ਼ੀਨ ਦੇ ਉੱਪਰ ਖੜ੍ਹੇ ਹਾਂ। ਚਲੋ ਜੀ ਹੁਣ ਆਪਾਂ ਇਹਨੂੰ ਖੋਲ੍ਹ ਲੈਂਦੇ ਹਾਂ, ਖੋਲ੍ਹ ਕੇ ਉਦੋਂ ਬਾਅਦ ਥੱਲੇ ਰੱਖ ਕੇ ਆਪਾਂ ਬੈਡਿੰਗ ਕਰਦੇ ਹਾਂ। ਆਹ 13 ਦੇ 2 ਨਟ ਨੇ, ਇਹ ਆਪਾਂ ਖੋਲ੍ਹਣੇ ਨੇ, ਢੋਲ ਕੇ ਜੀ ਆਪਾਂ ਸਣੇ ਫਿਲਟਰ ਸਾਰਾ ਅਲੱਗ ਕਰ ਦੇਣਾ ਅਤੇ ਆਹ ਪੈਪ ਖੋਲ੍ਹ ਲਾਂਗੇ ਇੱਕ। ਚਲੋ ਉਦੋਂ ਬਾਅਦ ਫਿਰ ਆਪਾਂ ਇਹਨੂੰ ਬੈਡਿੰਗ ਕਰਕੇ ਇੱਥੇ ਸ਼ੀਸ਼ਾ ਲਾ ਕੇ ਅਤੇ ਦੋਨਾਂ ਦਾ ਬੈਲੈਂਸ ਬਣਾ ਦੇਣਾ ਆਮੋ ਸਾਹਮਣੇ। ਆਹਦੀ ਇੱਦਾਂ ਦਾ ਹੋ ਗਿਆ, ਫਿਲਟਰ ਵਿੱਚ ਹੀ ਦੇਖਦਾ ਅਤੇ ਉਹਦੀ ਵੀ ਜੜ ਦੇ ਵਿੱਚੋਂ ਹੀ ਪੱਟਿਆ ਗਿਆ ਹੈ, ਝਾੜੀਆਂ ਬਹੁਤ ਮਜ਼ਬੂਤ ਸੀਗੀ। ਅਤੇ ਲਓ ਜੀ ਹੁਣ ਆਪਾਂ ਖੋਲ੍ਹ ਲਈ ਹੈ ਢੋਲਕੀ ਅਤੇ ਦੀਪਾ ਬਾਈ ਲੱਗਿਆ ਹੋਇਆ ਖੋਲ੍ਹਣ ਅਤੇ ਆਹ ਬੈਡਿੰਗ ਕਰਕੇ ਆਪਾਂ ਫਿਰ ਉਦੋਂ ਬਾਅਦ ਕਹਿ ਦੇਣਾ। ਨਾਜਰ ਬਾਈ ਲੱਗਿਆ ਹੋਇਆ ਫੋਨ 'ਤੇ, ਨਟ ਕੱਢ ਲੈਂਦੇ, ਕੋਈ ਨੀ ਕੱਢ ਲੈਂਦੇ, ਰੱਖਤਾ ਸੀ ਤੂੰ ਇਹਨੂੰ ਸਾਈਡ 'ਤੇ ਰੱਖ। ਹਾਂਜੀ ਬਲਵੀਰ ਸਿੰਘ, ਅਤੇ ਲਓ ਜੀ ਆਪਾਂ ਹੁਣ ਬੈਲਡਿੰਗ ਕਰਨ ਲੱਗੇ ਸੀ ਸ਼ੀਸ਼ੇ ਵਾਲੇ ਜਗਾੜ ਨੂੰ ਅਤੇ ਬਾਈ ਨਾਜਰ ਫੋਰਮੈਨ ਲੱਗਿਆ ਸੀ ਬੈਲਡਿੰਗ ਕਰਨ। ਆ ਕਿਸੇ ਦੇ ਘਰੋਂ ਬੈਲਡਿੰਗ ਸੈੱਟ ਲਿਆਂਦਾ ਸੀਗਾ ਅਤੇ ਉਹ ਬੋਰਡ ਨਾਲ ਜੋੜ ਕੇ ਕੰਮ ਚਲਾ ਲਿਆ ਜੀ। ਹਾਂ ਸਹੂਲਤਾਂ ਬਾਈ ਕੋਲ ਸਾਰੀਆਂ ਨੇ ਨਾਜਰ ਫੋਰਮੈਨ ਕੋਲ, ਅਤੇ ਬਾਕੀ ਫਿਰ ਹੁਣ ਥੋੜ੍ਹੀ ਬੈਲਡਿੰਗ ਬਾਕੀ ਆ, ਇਹ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਕੀ ਹੋਇਆ ਕਰੰਟ ਵੱਧ ਘੱਟ ਸਭ ਕੁਝ ਦੇਖ ਕੇ ਕਰਨਾ ਪੈਂਦਾ। ਹਿੱਲਦੀ ਆ ਤਾਂ ਲਓ ਜੀ ਹੁਣ ਆਪਾਂ ਫਿਲਟਰ ਵਾਲਾ ਸਿਸਟਮ ਸਾਰਾ ਸੈੱਟ ਕਰਤਾ ਸੀ, ਆ ਬਾਈ ਨੇ ਬੈਲਡਿੰਗ ਕਰਤੀ ਸੀ ਅਤੇ ਦੋਨੇ ਹੁਣ ਐਂ 90 ਡਿਗਰੀ ਦੇ ਕੋਣ ਮੰਗੋ ਖੜ੍ਹੇ ਨੇ ਅਤੇ ਹੁਣ ਆਪਾਂ ਇਹ ਕੰਮ ਕਰਤਾ ਸਾਰਾ ਸ਼ੀਸ਼ਿਆਂ ਦਾ ਅਤੇ ਫਿਲਟਰ ਦਾ ਵੀ ਕੰਮ ਹੋਏਗਾ, ਸਾਫ਼ ਸੂਫ ਕਰਕੇ ਆਪਾਂ ਫਿਲਟਰ ਪਾ ਦੇਣਾ। ਅਤੇ ਗੁਜਰਾਤ ਵਿੱਚ ਝਾੜੀਆਂ ਬਹੁਤ ਹੀ ਜ਼ਿਆਦਾ ਮਤਲਬ ਕੰਡੇਦਾਰ ਤਾਂ ਹੈਗੀਆਂ ਨੇ ਪਰ ਮਜ਼ਬੂਤ ਵੀ ਬਹੁਤ ਨੇ। ਆਪਣਾ ਸ਼ੀਸ਼ਾ ਉੱਖੜ ਗਿਆ ਸੀਗਾ ਜੀ, ਹੁਣ ਬਿਲਕੁਲ ਓਕੇ ਰਿਪੋਰਟ ਆ, ਠੀਕ ਕਰਤਾ ਬੈਡਿੰਗ ਕਰਕੇ ਆਪਾਂ ਪਾ ਦਿਓ। ਸਿਲੰਡਰ ਵਾਲੇ ਆਪਾਂ ਹੁਣ ਸ਼ੀਸ਼ੇ ਉੱਤੇ ਟਿਕਾਤੇ ਸੀ ਜੀ, ਓਕੇ ਰਿਪੋਰਟ ਆ, ਐਕਣ ਦਾ ਪ੍ਰੋਸੈਸ ਸੀਗਾ ਅਤੇ ਆਹ ਬੈਡਿੰਗ ਕਰਨ ਵਾਲਾ ਸੀ, ਬੈਡਿੰਗ ਆਪਾਂ ਕਰਤਾ ਮੂਹਰੇ ਵਾਲਾ ਅਤੇ ਹੁਣ ਆਪਾਂ ਲੱਗੇ ਸੀ ਪੈਪ ਕੱਸਣ। ਪੈਪ ਕੱਸ ਦਈਏ, ਉਸ ਤੋਂ ਬਾਅਦ ਆਪਣਾ ਸਾਰਾ ਕੰਮ ਕੰਪਲੀਟ ਆ। ਫਿਲਟਰ ਆਪਾਂ ਪਾਤਾ ਸੀਗਾ ਅਤੇ ਪੈਪ ਵਾਲੇ ਨਟ ਆ 7 ਨੰਬਰ ਦੀ ਚਾਬੀ ਲੱਗਦੀ ਹੈ ਜੀ ਕੱਸਣ ਲਈ। ਪੇਚਕਸ ਦਾ ਵੀ ਹੈਗਾ ਆਪਸ਼ਨ, ਪੇਚਕਸ ਵੀ ਆਪਾਂ ਲਾ ਸਕਦੇ ਹਾਂ ਇੱਦਾਂ ਕਰਕੇ। ਅਤੇ ਆਪਾਂ ਫਿਲਹਾਲ ਚਾਬੀ ਨਾਲ ਕੱਸਾਂਗੇ, ਚਾਬੀ ਨਾਲ ਕੱਸਣਾ ਬੈਸਟ ਆ ਕਿਉਂਕਿ ਇਹਦੇ ਨਾਲ ਸਾਰਾ ਕੁਛ ਆਪਣਾ ਵਧੀਆ ਚੰਗੀ ਤਰ੍ਹਾਂ ਟਾਈਟ ਹੋ ਜਾਂਦਾ। ਅਤੇ ਲਓ ਜੀ ਆਪਣੀ ਰਾਣੀ ਚੱਲਦੀ ਹੈ ਜੀ, ਪਹਿਲਾਂ ਦੀ ਤਰ੍ਹਾਂ ਜਿਵੇਂ ਵੀ ਚੱਲਦੀ ਸੀਗੀ ਅਤੇ ਥੋੜ੍ਹੀ ਜਿਹੀ ਬ੍ਰੇਕ ਡਾਊਨ ਆਈ ਸੀਗੀ, ਐਲੀਵੇਟਰ ਥੋੜ੍ਹਾ ਜਿਹਾ ਚੋਕ ਜਿਹਾ ਹੋ ਗਿਆ ਸੀਗਾ। ਲਓ ਜੀ ਬੱਦਰੀ ਅਤੇ ਨਾਜਰ ਫੋਰਮੈਨ ਰਿੰਡਾਂ ਦੇ ਥੱਲੇ ਇੱਕ ਕੱਪੜਾ ਲਾ ਕੇ ਬਹਿ ਗਏ ਨੇ, ਕਹਿੰਦੇ ਧੁੱਪੇ ਬੜੀ ਲੱਗਦੀ ਆ। ਉਹ ਨਾਜਰ ਫੋਰਮੈਨ ਸਾਹਿਬ, ਹਾਂਜੀ ਭੋਲਾ ਭੋਲਾ ਲੱਗਿਆ ਜੀ ਨਹਾਉਣ। ਆਹ ਲੱਗ ਗਿਆ ਯਾਰ।
ਕੀ ਹੋ ਗਿਆ? ਠੰਡਾ ਪਾਣੀ ਕਹਿੰਦਾ ਠੰਡੋ ਨਾਲਾ ਨਾਲਾ ਆ ਜੀ ਗੁਜਰਾਤੀਆਂ ਦੀ ਚਕੁਜੀਆਂ ਨੇ ਰਸਤੇ ਦੇ ਵਿੱਚ ਅਸੀਂ ਹਮੇਸ਼ਾ ਦੀ ਤਰ੍ਹਾਂ ਅਸੀਂ ਚਾਰੇ ਜਣੇ ਸੀਗੇ ਬੱਦਰੀ ਦੀਪਾ ਅਤੇ ਭੋਲਾ ਅਤੇ ਆਪਾਂ ਮੱਛੀਆਂ ਬਹੁਤ ਨੇ ਜੀ ਨਹਿਰ ਦੇ ਵਿੱਚ ਅਤੇ ਆਪਣੀ ਹਮੇਸ਼ਾ ਲਈ ਕੰਬਾਈਨ ਮਸ਼ੀਨ ਚੱਲ ਰਹੀ ਆ ਅਤੇ ਆਹ ਦੇਖੋ ਜੀ ਊਂਠ ਹਾਂ ਅਤੇ ਆਹ ਛੋਟੇ ਛੋਟੇ ਬੱਕਰੀਆਂ ਦੇ ਲੇਲੇ ਮੇਵਣੇ ਇਹ ਪਾਣੀ ਪਿਲਾਉਣ ਲਈ ਰੋਕਿਆ ਹੁਣ ਅਤੇ ਛੋਟੇ ਛੋਟੇ ਇਹ ਛੋਟੇ ਛੋਟੇ ਮੇਮਣੇ ਸੀਗੇ ਜੀ ਬੜੇ ਪਿਆਰੇ ਲੱਗੇ ਰਸਤੇ ਦੇ ਵਿੱਚ ਅਤੇ ਆਹ ਲੋਕ ਐਸੇ ਇੰਜਣਾਂ ਨਾਲ ਪਾਣੀ ਲਾਉਂਦੇ ਨੇ ਜੀ ਆਪਣੇ ਖੇਤਾਂ ਨੂੰ ਦੋ ਵੀਲ ਇੰਜਣ ਨੇ ਇਹ ਆ ਗਏ ਜੀ ਆਪਣੀ ਦੂਜੀ ਮਸ਼ੀਨ ਵਾਲੇ ਆਪਣੇ ਨਾਲ ਯਾਰ ਮੇਲੀ ਮਿਲ ਗਏ NS 929 ਅਤੇ ਜੀਤੀ ਬਾਈ ਲਈ ਜਾਂਦਾ ਜਿਹੜੇ ਆਪਣੇ ਨਾਲ ਗਏ ਸੀ ਜੀਤੀ ਬਾਈ ਉਨੀ ਅਤੇ ਲਓ ਜੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਹ ਨਜ਼ਰ ਬਾਈ ਆਪਾਂ ਇੱਧਰ ਨੂੰ ਮੁੜਨਾ ਇਹਨਾਂ ਦੀ ਪਰਲੀ ਸਾਈਡ ਦੂਜੇ ਪਾਸੇ ਏਰੀਆ ਜੀ ਇਹਨਾਂ ਦਾ ਅਤੇ ਚਲੋ ਠੀਕ ਆ ਫਿਰ ਮਿਲਦੇ ਹਾਂ ਗਏ ਲਓ ਜੀ ਭੋਲਾ ਬਾਈ ਅਤੇ ਨਜ਼ਰ ਬਾਈ ਥੱਲੇ ਚਲੇ ਗਏ ਅਤੇ ਇੱਕ ਮਸ਼ੀਨ ਆਪਣੀ ਪਰਲੀ ਸਾਈਡ ਜਿਹੜੀ ਆਪਣੇ ਪੰਜਾਬ ਤੋਂ ਆਪਣੇ ਨਾਲ ਆਈ ਸੀ ਜੀਤੀ ਬਾਈ ਉਹਨਾਂ ਦੀ ਆਪਣੇ ਲਾਗੇ ਹੀ ਮਸ਼ੀਨ ਚੱਲਦੀ ਆ ਹਾਂ ਭਾਈ ਹਾਂ ਇੱਕ ਵੀ ਅਮਰੂਦ ਨਹੀਂ ਪਚਣਾ ਚਾਹੀਦਾ ਲਓ ਜੀ ਪਹਿਲਾਂ ਆਪਾਂ ਨੂੰ ਫੇਰ ਮਿਲੇ ਅਤੇ ਹੁਣ ਅਮਰੂਦਾਂ ਦਾ ਬਾਗ ਆ ਗਿਆ ਬਾਕੀ ਦੇਖਦੇ ਹਾਂ ਹਾਂ ਹੁਣ ਦੇਖਦੇ ਹਾਂ ਅੱਗੇ ਅਮਰੂਦਾਂ ਦਾ ਬਾਗ ਆ ਗਿਆ ਅਤੇ ਉਦਣ ਆਪਾਂ ਫੇਰ ਖਾਧੇ ਅੱਜ ਆਪਾਂ ਅਮਰੂਦ ਖਾਵਾਂਗੇ ਅਤੇ ਲਓ ਜੀ ਠੰਡੇ ਪਿੱਛੇ ਲੜਾਈ ਹੋ ਗਈ ਬੱਦਰੀ ਅਤੇ ਭੋਲੇ ਦੀ ਓਏ 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 ਉਹ ਅੱਧਾ ਕਰਤਾ ਓਏ ਇਹਨੇ ਇੱਕ ਘੁੱਟ ਦੀ ਉਰੇ ਫੜਾ ਕੋਈ ਨਹੀਂ ਮੈਂ ਬਾਅਦ ਪੀਣਾ ਤੂੰ ਇੱਕ ਘੁੱਟ ਆਪਾਂ ਮਸ਼ੀਨ ਦੇ ਥੱਲੇ ਉਤਰੇ ਆਏ ਸੀਗੇ ਜੀ ਇੱਕ ਪਾਸੇ ਜੀਤੀ ਬਾਈ ਉਹਨਾਂ ਦੀ ਬੰਨ ਤੋਂ ਪਰਲੀ ਸਾਈਡ ਨਹਿਰ ਦੇ ਦੂਜੀ ਮਸ਼ੀਨ ਚੱਲਦੀ ਹੈ ਜੀ ਆਪਣੀ ਉਹ ਵੀ ਆਪਣੇ ਪੰਜਾਬ ਤੋਂ ਆਪਣੇ ਨਾਲ ਆਈ ਸੀ ਅਤੇ ਇੱਕ ਪਾਸੇ ਆਪਣੀ ਮਸ਼ੀਨ ਚੱਲਦੀ ਹੈ ਜੀ ਅਤੇ ਹੁਣ ਆਪਾਂ ਜਾ ਰਹੇ ਹਾਂ ਵੱਢਣ ਅਤੇ ਆਹ ਅਮਰੂਦਾਂ ਦਾ ਬਾਗ ਆਇਆ ਸੀ ਇੱਧਰ ਬਾਕੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਜੀ ਅਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਚੈਨਲ ਨੂੰ ਦੱਬ ਕੇ ਰੱਖੋ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਅਤੇ ਆਪਾਂ ਹੁਣ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਦਾ ਵਿਊ ਵੀ ਕਿਹੋ ਜਿਹਾ ਨਜ਼ਾਰਾ ਹਾਂ ਹਾਂ ਭੁੱਲੇ ਕੀ ਕਹਿੰਦਾ ਇਹ ਕਹਿੰਦਾ ਜੀ ਗੁਜਰਾਤ ਦੇ ਕੰਢੇ ਕੰਢੇ ਤਾਂ ਲਓ ਜੀ ਸਾਰਿਆਂ ਦੇ ਹੱਥ ਦੇ ਵਿੱਚ ਡੰਡੇ ਸੀਗੇ ਅਤੇ ਆਪਣੇ ਵੀ ਹੱਥ ਵਿੱਚ ਡੰਡਾ ਸੀਗਾ ਅਤੇ ਹੁਣ ਅਸੀਂ ਮਤਲਬ ਡੰਡੇ ਨਾਲ ਕੰਢੇ ਸਾਈਡ 'ਤੇ ਕਰਦੇ ਜਾਂਦੇ ਸੀਗੇ ਭੋਲਾ ਕਹਿੰਦਾ ਚਲਾ ਜਾਂਦਾ ਕਹਿੰਦਾ ਜਿਵੇਂ ਹਾਥੀ ਮੂਹਰੇ ਬੰਦੇ ਜਾਂਦੇ ਹੁੰਦੇ ਨੇ ਨਾ ਕਹਿੰਦਾ ਇੱਕ ਹਾਥੀ ਆਪਣਾ ਮਗਰ ਆਉਂਦਾ ਡੰਡੇ ਵਾਲੇ ਭਾਈ ਮੂਹਰੇ ਮੂਹਰੇ ਨੇ ਰੋਟੀ ਰੋਟੀ ਜਾਊਗਾ ਇਹ ਕੰਮ ਨਹੀਂ ਹਿਲਫਰੀ ਨਾਲ ਨਹੀਂ ਆਉਂਦਾ ਮੈਂ ਰੋਟੀ ਪਾਉਣ ਜਾਊਂਗਾ ਕਹਿੰਦਾ ਬੱਦਰੀ ਕਹਿੰਦਾ ਅੱਛਾ ਮੈਂ ਰੋਟੀ ਤੋਂ ਬੰਦੇ ਨੂੰ ਢਿੱਡ ਭਰ ਕਰ ਜਾ ਦੂੰਗਾ ਆਹ ਸਹੀ ਗੱਲ ਆ ਆ ਲਓ ਜੀ ਹਾਥੀ ਵਾਲੇ ਭਾਈ ਅਸੀਂ ਤਿੰਨ ਅਤੇ ਇੱਕ ਚਾਰ ਪੰਜ ਜਣੇ ਫਿਰਦੇ ਆ ਜੀ ਪੰਜਵਾਂ ਚਲਾਉਣ ਲੱਗਿਆ ਹੋਇਆ ਚਾਰ ਜਣੇ ਮੂਹਰੇ ਮੂਹਰੇ ਨੇ ਬਾਕੀ ਕੰਢੇ ਸਾਈਡ 'ਤੇ ਕਰਦੇ ਫਿਰਦੇ ਹਾਂ ਜੀ ਚੱਕ ਓਏ ਕੰਢੇ ਚੱਕੋ ਮਸ਼ੀਨ ਦੇ ਮੂਹਰੇ ਤੁਰਦਿਆਂ ਤੁਰਦਿਆਂ ਨੂੰ 2-3 ਕਿਲੋਮੀਟਰ ਅਸੀਂ ਕੱਢਿਆ ਤੁਰ ਕੇ ਹਾਂ ਭੋਲੀ ਤੇਰਾ ਕੀ ਹਾਲ ਆ ਹੈ ਆ ਜਾ ਆ ਜਾ
ਕੋਈ ਨਹੀਂ ਲਓ ਜੀ ਭੋਲੀ ਕਹਿੰਦੀ ਵੀ ਹਾਲ ਮਾੜਾ ਹੀ ਆ ਗੁਜਰਾਤ ਦੇ ਵਿੱਚ ਅਤੇ ਨਾਜਰ ਬਾਈ ਸਿੱਧੀ ਕਰਾਉਂਦਾ ਇੱਕ ਪਾਸੇ ਆਹ ਤਲਾਵੜੀ ਆ ਗਈ ਇੱਕ ਪਾਸੇ ਆਪਣੇ ਆਹ ਇਹਦਾ ਮਤਲਬ ਸੂਆ ਜਿਹਾ ਟੋਬੇ ਜਿਹੇ ਵਾਂਗੂ ਇੱਕ ਪਾਸੇ ਨਹੀਂ ਅਤੇ ਫੋਰਮੈਨ ਕਰਾਉਂਦਾ ਜੀ ਸਿੱਧੀ ਕਿਉਂਕਿ ਅੱਧਾ ਟਾਇਰ ਉਹਦੇ ਵਿੱਚ ਜਾ ਰਿਹਾ ਐਨ ਪੂਰੀ ਪੂਰੀ ਨਿਕਲ ਰਹੀ ਆ ਆਉਣ ਦੇ ਆਉਣ ਦੇ ਆਉਣ ਦੇ ਅਤੇ ਰਸਤਾ ਪੂਰਾ ਖਤਰਨਾਕ ਆ ਜੀ ਅਤੇ ਹੁਣ ਪੂਰੇ ਪੂਰੇ ਟਾਇਰ ਜਾਂਦੇ ਨੇ ਕਿਉਂਕਿ ਇੱਕ ਤਲਾਵੜੀ ਅਤੇ ਇੱਧਰ ਆਉਣ ਦੇ ਸਿੱਧੀ ਆਉਣ ਦੇ ਦੱਬ ਕੇ ਮਾੜੀ ਮਾੜੀ ਹਲਕੀ ਹਲਕੀ ਦੱਬ ਲਾ ਚੱਲ 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 ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਈ ਆਉਣ ਦੇ ਚਲੋ ਜੀ ਆਹ ਥੋੜ੍ਹਾ ਜਿਹਾ ਮੁਸ਼ਕਿਲ ਸੀਗਾ ਰਸਤਾ ਭੋਲਿਓ ਨਹੀਂ ਮੂਹਰੇ ਕੰਡੇ ਵਿੱਚ ਆਪਾਂ ਸਾਰੇ ਕੰਡੇ ਚੁੱਕਦੇ ਫਿਰਦੇ ਹਾਂ ਅਤੇ ਗੁਜਰਾਤ ਦੇ ਵਿੱਚ ਇੰਨਾ ਐਵੇਂ ਨਹੀਂ ਮਿਹਨਤਾਂ ਹੁੰਦੀਆਂ ਜੀ ਅਤੇ ਇੰਨੇ ਖਤਰਨਾਕ ਰਸਤੇ ਨੇ ਹੁਣ ਅਸੀਂ 4 ਕਿਲੋਮੀਟਰ ਤੁਰੇ ਆਏ ਪਹਿਲਾਂ 3 ਸੀਗਾ ਹੁਣ 4 ਕਿਲੋਮੀਟਰ ਤੁਰਿਆ ਇਹ ਰਸਤਾ ਬਹੁਤ ਹੀ ਜ਼ਿਆਦਾ ਕਠਿਨ ਆ ਅਤੇ ਤੰਗ ਬਹੁਤ ਆ ਰਸਤਾ ਅਤੇ ਬਾਕੀ ਦੀਪਾ ਬਾਈ ਲਈ ਆਉਂਦਾ ਮਸ਼ੀਨ ਮਗਰ ਬਾਕੀ ਤੁਹਾਨੂੰ ਆਪਾਂ ਹੁਣ ਅੱਗੇ ਜਾ ਕੇ ਖੇਤ ਦੇ ਵਿੱਚ ਹੀ ਵੀਡੀਓ ਦਿਖਾਵਾਂਗੇ ਮਸ਼ੀਨ ਚੱਲਦੀ ਦੀ ਖਤਰਨਾਕ ਰਸਤਾ ਨਾਜਰ ਬਾਈ ਸਿੱਧਾ ਮਤਲਬ ਡਰਾਈਵਰ ਨੂੰ ਦੱਸਦਾ ਵੀ ਇੱਕ ਉਰੇ ਲੈ ਕੇ ਆ ਟਾਇਰ ਉਰੇ ਲੈ ਕੇ ਆ ਟਾਇਰ ਕਿਉਂਕਿ ਸਾਈਡਾਂ 'ਤੇ ਕੰਢੇ ਬਹੁਤ ਜ਼ਿਆਦਾ ਨੇ ਜੀ ਆਹ ਜਿਹੜੀ ਪੀਲੀ ਜਿਹੀ ਝਾੜੀਆਂ ਪਈਆਂ ਨੇ ਤਾਂ ਲਓ ਜੀ ਬੱਦਰੀ ਕੱਲ੍ਹ ਦੀ ਤਰ੍ਹਾਂ ਅੱਜ ਆਹ ਬੁੱਤ ਜਿਹਾ ਚੱਕ ਲਿਆ ਜਿਹੜਾ ਵਿਚਾਲੇ ਲਾਇਆ ਹੋਇਆ ਸੀਗਾ ਇਹ ਪਤੰਦਰ ਇਹ ਨਹੀਂ ਟਲਦਾ ਹਜੇ ਪਹਿਲਾਂ ਕਿਹੜਾ ਲਾਇਆ ਆਪਾਂ ਥੋੜ੍ਹਾ ਕੁ ਅੱਗੇ ਆ ਕੇ ਜਿਹੜਾ ਤੁਹਾਨੂੰ ਆਪਾਂ ਪਿਛਲੀ ਪਾਰਟ ਦਿਖਾਈ ਆ ਆਹ ਦੇਖੋ ਜੀ ਪਤੰਦਰ ਸਾਰਾ ਕੁਛ ਚੱਕ ਲਿਆ ਲੱਕੜ ਸਣੀ ਅਤੇ ਆਹ ਦੇਖੋ ਜੀ ਇਹ ਬੱਦਰੀ ਆ ਜੀ ਪਿੰਡ ਘਰਾਲਾ ਹੁਣ ਸਾਰੇ ਚੱਕ ਲਿਆ ਸਣੇ ਲੱਕੜਦਾਰਾ ਕੁਛ ਪੂਰਾ ਲੱਕੜਾ ਹੀ ਚੱਕ ਲਿਆ ਪਤੰਦਰ ਪੂਰੀ ਉਹ ਚੱਕ ਲਿਆ ਆ ਹਾਂ ਭਾਈ ਤੇਰਾ ਕੀ ਖਿਆਲ ਹੈ ਇਹਦੇ ਬਾਰੇ ਉਹ ਭਰ ਗਈ ਨਾ ਜੀ ਆਪਣੀ ਮਸ਼ੀਨ ਨੇ ਉੱਧਰ ਵੱਢਤੀ ਸੀ ਹੁਣ ਆਹ ਸਾਰਾ ਘੇਰਾ ਇੱਕ ਹੋਰ ਇੱਧਰੋਂ ਮਤਲਬ ਮਸ਼ੀਨ ਨੇ ਵੱਢ ਕੇ ਆ ਗਈ ਸੀ ਆਹ ਦਾਣੇ ਦੀ ਸਫਾਈ ਦੇਖੋ ਜੀ ਥੋੜ੍ਹਾ ਥੋੜ੍ਹਾ ਨਰਮ ਆ ਦਾਣੇ ਹਜੇ ਕੰਮ ਆ ਚੰਗੀ ਤਰ੍ਹਾਂ ਖੁੱਲ੍ਹ ਕੇ ਚੱਲਿਆ ਨਹੀਂ ਹੈਗਾ ਆਹ ਦੇਖੋ ਜੀ ਹਜੇ ਕੰਮ ਖੁੱਲ੍ਹ ਕੇ ਨਹੀਂ ਚੱਲਿਆ ਹੈਗਾ ਹਜੇ ਤਾਂ ਮਤਲਬ ਮਾੜਾ ਮੋਟਾ ਕਣੀ ਜੀ ਆਉਂਦੀ ਆ ਤਾਂ ਲਓ ਜੀ ਹੁਣ ਆਪਾਂ ਮਸ਼ੀਨ ਫੜ ਲਈ ਆ ਅਤੇ ਆਪਾਂ ਲਈ ਜਾਂਦੇ ਹਾਂ ਬਾਹਰੋਂ ਬਾਹਰ ਸਵਾ 7 ਦਾ ਟਾਈਮ ਹੋ ਗਿਆ ਭੋਲੇ ਉਹਨੀ ਭੋਲਾ ਬਾਈ ਅਤੇ ਦੀਪਾ ਬਾਈ ਜਾਂਦੇ ਨੇ ਮੂਹਰੇ ਤੁਰੇ ਅਤੇ ਸ਼ਾਮ ਦਾ ਸਮਾਂ ਹੋ ਗਿਆ ਜੀ ਅਤੇ ਨਾਜਰ ਫੋਰਮੈਨ ਮਸ਼ੀਨ ਲਈ ਜਾਂਦਾ ਸੀਗਾ ਅਤੇ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਤੱਕ ਹੀ ਰੱਖਦੇ ਹਾਂ ਚੰਗਾ ਜੀ ਸਤਿ ਸ਼੍ਰੀ ਅਕਾਲ ਬਾਕੀ ਨਵੇਂ ਬਲੌਗ ਰਾਹੀਂ ਆਪਾਂ ਤੁਹਾਨੂੰ ਮਿਲਦੇ ਹਾਂ ਨਵੇਂ ਬਲੌਗ ਰਾਹੀਂ ਤੁਹਾਨੂੰ ਮਿਲਦੇ ਹਾਂ ਨਾਜਰ ਬਾਈ ਨੇ ਮੋਬਾਈਲ ਦੀ ਲਾਈਟ ਲਾ ਦਿੱਤੀ ਦੇਖੋ ਜੀ ਚਲੋ ਠੀਕ ਆ ਜੀ ਓਕੇ ਬਾਏ ਧੰਨਵਾਦ